ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਰੁਣ ਜੇਤਲੀ ਵੱਲੋਂ ਜਿਹੜਾ ਪਾਰਲੀਮੈਂਟ ਦੇ ਅੰਦਰ ਬਜਟ ਪੇਸ਼ ਕੀਤਾ ਗਿਆ ਉਹਦੇ ਤੇ ਅਸੀਂ ਦੋ ਪੜਾਅ ਵਿੱਚ ਚਰਚਾ ਕਰ ਰਹੇ ਹਾਂ। ਜਿੱਦਾਂ ਪਹਿਲੇ ਪੜਾਅ ਦੀ ਚਰਚਾ 'ਚ ਅਸੀਂ ਕੁਝ ਮੁੱਦਿਆਂ ਨੂੰ ਛੂਹ ਹੈ, ਉਨ੍ਹਾਂ ਹੀ ਮਹਿਮਾਨਾਂ ਦੇ ਨਾਲ ਅਸੀਂ ਦੂਜੇ ਪੜਾਅ ਦੀ ਚਰਚਾ 'ਚ ਹਾਜ਼ਰ ਹਾਂ ਅਤੇ ਮੈਂ ਉਨ੍ਹਾਂ ਹੀ ਮਹਿਮਾਨਾਂ ਨੂੰ ਜੋਸ਼ੀ ਜੀ, ਡਾਕਟਰ ਗਿਆਨ ਸਿੰਘ, ਪਰਾਸ਼ਰ ਜੀ, ਮੈਂ ਤਿੰਨਾਂ ਨੂੰ ਮੁੜ ਜੀ ਆਇਆਂ ਆਖਦਾ ਔਰ ਇਹਨਾਂ ਮੁੱਦਿਆਂ 'ਤੇ ਆਪਾਂ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਡਾਕਟਰ ਗਿਆਨ ਸਿੰਘ ਜੀ, ਜਿੱਦਾਂ ਆਪਾਂ ਇਸ ਮੁੱਦੇ 'ਤੇ ਪਹਿਲੇ ਪੜਾਅ ਦੀ ਚਰਚਾ 'ਚ ਲੈ ਰਹੇ ਸੀ, ਖਾਸ ਤੌਰ 'ਤੇ ਜੋਸ਼ੀ ਜੀ ਨੇ ਵੀ ਜਿਹੜਾ ਇਸ਼ੂ ਰੇਜ਼ ਕੀਤਾ ਕਿ ਸਬਸਿਡੀਆਂ ਦੇਣ ਦੇ ਬਾਵਜੂਦ ਵੀ ਫਾਰਮਰਸ ਦੀ ਹਾਲਤ ਸੁਧੀ ਨਹੀਂ ਹੈ, ਇਹ ਬੜਾ ਇੱਕ ਬੜਾ ਵੱਡਾ ਕੁਐਸਚਨ, ਜਿਹੜਾ ਡਿਬੇਟੇਬਲ ਕੁਐਸਚਨ ਵੀ ਬਣਦਾ ਹੈ ਕਿ ਸਬਸਿਡੀਆਂ ਰਹਿਣੀਆਂ ਚਾਹੀਦੀਆਂ ਕਿ ਨਹੀਂ ਰਹਿਣੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਜਿਹੜੀ ਗੱਲ ਹੈ ਕਿ ਸਬਸਿਡੀਆਂ ਦੀ ਪਹਿਲੀ ਗੱਲ ਤਾਂ ਇਹੀ ਦੇਖ ਲੈਣਾ ਚਾਹੀਦਾ ਅਸੀਂ ਸਬਸਿਡੀ ਕਿੰਨੀ ਕੁ ਦਿੰਦੇ ਹਾਂ। ਜਿਹੜੀ ਐਟ ਪ੍ਰੈਜੈਂਟ ਸਬਸਿਡੀ ਦਿੱਤੀ ਜਾ ਰਹੀ ਹੈ ਐਗਰੀਕਲਚਰ ਸੈਕਟਰ ਨੂੰ, ਨੈਗੇਟਿਵ ਐਗਰੀਕਲਚਰ ਸਬਸਿਡੀ ਹੈ। ਮਿਨੀਮਮ ਸਪੋਰਟ ਪ੍ਰਾਈਸਿਸ ਉਹਦੇ ਅਗੇਂਸਟ ਨੇ, ਟਰਮ ਦਾ ਟ੍ਰੇਡ ਅਗੇਂਸਟ ਹੈ, ਪਰ ਉਹ ਦਿੱਤੀ ਕਿੰਨੀ ਜਾ ਰਹੀ ਹੈ? ਉਹ ਐਗਰੀਕਲਚਰ ਜੀ ਡੀ ਪੀ ਦਾ 1.5% ਦਿੱਤੀ ਜਾ ਰਹੀ ਹੈ, ਜਦੋਂ ਕਿ ਉਹ ਈ ਸੀ ਡੀ ਦੇਸ਼ ਨੇ ਉਹ 42.5% ਦੇ ਰਹੇ ਨੇ। 42.5% ਅਤੇ 1.5% 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਨਹੀਂ, ਫਿਰ ਉਹ ਸਾਡੇ ਦੇਸ਼ 'ਚ ਸਮਾਨ ਭੇਜਣਗੇ, ਉਹ ਸਸਤਾ ਹੋਊਗਾ, ਅਸੀਂ ਇੱਥੇ ਦੀ ਖੇਤੀ ਨੂੰ ਤਬਾਹ ਕਰਾਂਗੇ ਜੀ। ਇਸ ਲਈ ਜਿਹੜੀਆਂ ਸਬਸਿਡੀਜ਼ ਨੇ, ਸਬਸਿਡੀ ਨਾ ਤਾਂ ਕੋਈ ਖੁਰਾਕ ਹੁੰਦੀ ਹੈ, ਨਾ ਕੋਈ ਆਸਾਨ ਹੁੰਦਾ ਹੈ। ਸਬਸਿਡੀ ਦਾ ਬਹੁਤ ਸਾਰੇ ਪਰਪਜ਼ ਹੁੰਦੇ ਆ, ਅਤੇ ਪ੍ਰੋਡਕਸ਼ਨ ਨੂੰ ਵਧਾਉਣਾ, ਜਿਹੜੇ ਪਿੱਛੇ ਰਹਿ ਗਏ ਉਹਦੀ ਹੈਲਪ ਕਰਨਾ, ਅਤੇ ਸਬਸਿਡੀਆਂ ਤਾਂ ਹੋਰ ਵਧਾਉਣ ਦੀ ਲੋੜ ਹੈ। ਡਾਕਟਰ ਸਾਹਿਬ, ਜਿਹੜਾ ਤੁਸੀਂ ਪਰਪਸ ਬੋਲ ਰਹੇ ਹੋ, ਜਿਹੜਾ ਪਰਪਸ ਤੁਸੀਂ ਨਹੀਂ ਲੈਣਾ ਚਾਹੁੰਦੇ, ਉਹ ਵੀ ਮੇਰੇ ਕਹਿਣ 'ਤੇ ਐਡ ਕਰ ਲਓ, ਇਹ ਪੋਲੀਟੀਕਲ ਪਰਪਸ ਨਹੀਂ। ਮੈਂ ਪੋਲੀਟੀਕਲ ਪਰਪਸ ਵੱਲ ਤਾਂ ਉਹ ਤਾਂ 1.5 'ਚ ਕਵਰ ਹੋ ਗਿਆ ਜੀ, 1.5% 'ਚ ਕਵਰ ਹੋ ਗਿਆ, ਪਰ ਦੂਜਾ ਪਰਪਸ ਤਾਂ ਇਹ ਹੁੰਦਾ ਕਿ ਕਿਸਾਨ ਬਹੁਤ ਪਿੱਛੇ ਰਹਿ ਗਏ, ਕਿ ਜੇ ਅਸੀਂ ਉਹਦੇ ਜ਼ਿੰਦਗੀ ਦੀਆਂ ਮੁੱਢਲੀਆਂ 7 ਲੋੜਾਂ ਪੂਰੀਆਂ ਕਰਨੀਆਂ ਨੇ, ਉਹਦੇ ਵਿੱਚ ਉਹਦੇ ਆਮਦਨ ਨੂੰ ਉਸ ਪੱਧਰ ਤੱਕ ਲਿਆਉਣ ਲਈ ਵੀ ਸਬਸਿਡੀਆਂ ਦੇਣੀਆਂ ਪੈਣਗੀਆਂ। ਜਪਾਨ, ਉੱਥੇ ਆਮ ਜਿਹੜੇ ਫਾਰਮ ਨੇ 1 ਚੌ ਦੇ ਨੇ, 1 ਚੌ ਹੁੰਦਾ 2.47 acres, ਅਤੇ ਉਹਨਾਂ ਨੂੰ ਇੰਨੀ ਸਬਸਿਡੀ ਦਿੱਤੀ ਜਾਂਦੀ ਹੈ ਕਿ ਉਹ ਰੈਜੀਡੈਂਸ਼ੀਅਲ ਨੇ, ਤਾਂ ਕਿ ਇੱਕ ਮਤਲਬ ਚੌ 'ਤੇ ਆਪਦੀ ਕਲਟੀਵੇਸ਼ਨ ਨੂੰ ਵਾਇਬਲ ਬਣਾ ਸਕਣ। ਓਕੇ, ਇਹ ਤਾਂ ਦੇਣੀਆਂ ਪੈਣਗੀਆਂ। ਆਕਸੀਜਨ ਹੈਗੀ ਆ। ਪ੍ਰਾਸ਼ਰ ਜੀ, ਜਗਤਾਰ ਜੀ, ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਉਹ ਆਪਣੇ ਡਾਕਟਰ ਸਾਹਿਬ ਅਤੇ ਜੋਸ਼ੀ ਜੀ ਨੂੰ ਅੱਗੇ ਵਧਾਉਂਦੇ ਹੋਏ। ਓਕੇ, ਦੇਖੋ ਇਹ 'ਚ ਬੜੀ ਗੱਲ ਕਲੀਅਰ ਹੈ ਕਿ ਇਹ ਲਾਹੇਬੰਦ ਕਰਨ ਲਈ ਕ੍ਰਿਸ਼ੀ ਨੂੰ ਸਿਰਫ ਸਬਸਿਡੀਆਂ ਜਿਹੜੀਆਂ ਹੈ ਉਹ ਕਾਫੀ ਨਹੀਂ ਹੈ, ਕਿਉਂਕਿ ਆਪਾਂ ਉਹਨੇ ਕ੍ਰਿਸ਼ੀ ਸੈਕਟਰ ਨੂੰ ਇਹ ਬਿਜਲੀ ਪਾਣੀ ਫਰੀ ਦੇ ਰਹੇ ਹਾਂ, ਵੀ ਉਹਦੀ ਜਿਹੜੀ ਫਲਿਪ ਸਾਈਡ ਹੈ ਉਹ ਵੀ ਇਹ ਵੀ ਹੈਗੀ ਹੈ ਕਿ ਜੀ, ਇੱਕ ਤਾਂ ਜਿਹੜੀ ਅੰਡਰਗਰਾਊਂਡ ਵਾਟਰ ਟੇਬਲ ਉਹ ਗਿਰ ਰਹੀ ਹੈ, ਉਹਦੇ ਚਲੋ ਹੋਰ ਕੋਈ ਵਜ੍ਹਾ, ਲੇਕਿਨ ਇਹ ਇੱਕ ਮੇਜਰ ਰੀਜ਼ਨ ਹੈ। ਬਿਜਲੀ ਦੀ ਜਿਹੜੀ ਹੈ ਉਹਦੇ ਜਿਸ ਤਰ੍ਹਾਂ ਦੁਰਵਰਤੋਂ ਹੁੰਦੀ ਹੈ ਐਗਰੀਕਲਚਰ ਸੈਕਟਰ ਦੇ ਵਿੱਚ, ਉਹ ਆਪਾਂ ਸਾਰੇ ਜਾਣਦੇ ਹਾਂ। ਤੀਜਾ ਇਹ ਹੈ ਕਿ ਜੋ ਪੰਜਾਬ ਸਰਕਾਰ ਦੇ ਇਹਦਾ ਬੋਝ ਪਿਆ ਹੈ ਉਹ ਆਪਾਂ ਕਿੱਦਾਂ ਖਜ਼ਾਨਾ ਖਾਲੀ ਹੈ, ਕੋਈ ਵਿਕਾਸ ਕਾਰਜ ਹੁੰਦਾ ਨਹੀਂ, ਜੇ ਹੁੰਦਾ ਢੰਗ ਦਾ ਥੋੜ੍ਹਾ ਬਹੁਤਾ ਹੀ ਹੁੰਦਾ ਹੈ, ਕਿ ਜਿਹੜੇ ਗਵਰਨਮੈਂਟ ਇੰਪਲਾਈ ਆ ਉਹਨਾਂ ਨੂੰ ਤਨਖਾਹ, ਮਤਲਬ ਇਹ ਇੰਨੇ ਕੈਸਕੇਡਿੰਗ ਇਫੈਕਟ ਹੈ ਕਿ ਉਹ ਆਪਾਂ ਇੱਥੇ ਬਿਆਨ ਕਰੀਏ ਤਾਂ ਬੜੀ ਲੰਬਾ ਹੋ ਜਾਂਦਾ। ਓਕੇ ਪ੍ਰਾਸ਼ੀ, ਮੈਂ ਗੱਲ ਸਾਰੀ ਆਪਾਂ ਇਹ ਕਹਿੰਦੀ ਹੈ ਕਿ ਮੈਂ ਤੁਹਾਡੇ ਧਿਆਨ 'ਚ ਤੁਹਾਡੀ ਬਹਿਸ ਨੂੰ ਵਿੱਚੋਂ ਟੋਕ ਕੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਇਹ ਵੀ ਫੈਕਟਸ ਆਇਆ ਕਿ ਜਿੱਦਾਂ ਕਾਰਪੋਰੇਟ ਹਾਊਸਿਸ ਹੈਗੇ ਆ ਉਹਨਾਂ ਲਈ 1,14,000 crore ਰੁਪਏ ਦਾ ਕਰਜ਼ਾ ਜਿਹੜਾ ਹੈਗਾ ਉਹਦੇ 'ਤੇ ਲਕੀਰ ਫੇਰੀ ਗਈ ਹੈ, ਕਿ ਫਾਰਮਰ ਜਿਹੜਾ ਹੈਗਾ ਉਹਦੇ 'ਤੇ ਕਰਜ਼ੇ 'ਤੇ ਲਕੀਰ ਕਿਉਂ ਨਹੀਂ ਫੇਰੀ ਜਾ ਸਕਦੀ? ਨਹੀਂ, ਇਹ ਗੱਲ ਤੁਹਾਡੀ ਸਹੀ ਹੈ ਕਿ ਜੇ ਵੱਡੇ ਕਾਰਪੋਰੇਟ ਸੈਕਟਰ ਦੇ ਇੱਕੋ ਹੀ ਸਟ੍ਰੋਕ ਦੇ ਨਾਲ ਇੰਨਾ ਵੱਡਾ ਹੋ ਸਕਦਾ ਹੈ ਅਤੇ ਐਗਰੀਕਲਚਰ ਸੈਕਟਰ ਨੂੰ ਵੀ ਮਿਲਣਾ ਚਾਹੀਦਾ ਹੈ, ਐਗਰੀਕਲਚਰ ਸੈਕਟਰ ਨੂੰ ਵੀ ਮਿਲਣਾ ਚਾਹੀਦਾ ਹੈ। ਲੇਕਿਨ ਮੇਰੀ ਇਹਦੇ ਵਿੱਚ ਸਬਮਿਸ਼ਨ ਹੈ ਵੈ ਕਿ ਸਬਸਿਡੀਆਂ ਔਰ ਇਨਸੈਂਟਿਵ ਜਿਹੜੇ ਹੈ ਦੋਨੋਂ ਜਿਹੜੇ ਹੈ ਉਹਨਾਂ ਨੂੰ ਮਿਲਾ ਕੇ ਨਾਲ ਇਹਨੂੰ ਇਹ ਕੰਪੀਟੀਟਿਵ ਬਣਾਇਆ ਜਾਏ, ਤਾਂ ਹੀ ਕਿਸਾਨ ਜਿਹੜਾ ਆਪਣੇ ਪੈਰਾਂ 'ਤੇ ਖੜਾ ਹੋ ਸਕੇ। ਓਕੇ ਓਕੇ, ਜੋਸ਼ੀ, ਜਦੋਂ ਆਪਾਂ ਗੱਲ ਕਰਦੇ ਜਿੱਦਾਂ ਕਾਰਪੋਰੇਟ ਸੈਕਟਰ ਦੇ ਵਿੱਚ ਆਪਾਂ ਕਹਿੰਦੇ ਵੱਡੇ ਕਰਜ਼ੇ 'ਤੇ ਲਕੀਰ ਫੇਰੀ ਗਈ ਹੈ, ਆਪਾਂ ਅਕਸਰ ਹੀ ਇਸ ਇਸ਼ੂ ਦੇ ਉੱਤੇ ਡਿਬੇਟ ਹੁੰਦੀ ਹੈ ਕਿ ਵੀ ਕਰਜ਼ੇ ਜਿਹੜੇ ਹੈਗੇ ਆ ਬਹੁਤ ਵੱਡਾ, ਪੰਜਾਬ ਦਾ ਫਾਰਮ, ਦੇਸ਼ ਦਾ ਕਿਸਾਨ ਇਹਦੇ 'ਚ ਡੁੱਬਿਆ ਪਿਆ, ਇਹਦੇ ਲਈ ਇਹ ਨਹੀਂ ਕੋਈ ਜਕ ਮੁਕਤਾ ਕੋਈ ਫੈਸਲਾ ਲੈਣ ਦੀ ਜ਼ਰੂਰਤ। ਦੇਖੋ, ਮੈਂ ਆਪਣੀ ਗੱਲ ਨਾਲ ਦੋ ਤਰੀਕੇ ਰੱਖਣਾ ਚਾਹੂੰਗਾ। ਓਕੇ, ਅਸੀਂ ਆਪਸ 'ਚ ਗੱਲ ਕਰ ਰਹੇ ਹਾਂ, ਇਹ ਟੈਕਨੋਲੋਜੀ ਹੈ, ਅਸੀਂ ਕੱਪੜੇ ਪਾਏ ਹਾਂ, ਇਹ ਵੀ ਕਿਸੇ ਇੰਡਸਟਰੀ ਦੇ ਬਣੇ ਆ, ਜਿਹੜੇ ਕੈਮਰੇ ਸਾਨੂੰ ਰਿਕਾਰਡ ਕਰ ਰਹੇ ਆ ਇਹ ਵੀ ਕਿਤੇ ਇੰਡਸਟਰੀ ਦੇ ਬਣੇ ਆ, ਅਤੇ ਜਿਹੜੇ ਦਰਸ਼ਕ ਟੀਵੀ 'ਤੇ ਦੇਖ ਰਹੇ ਆ ਉਹ ਟੀਵੀ ਵੀ ਕਿਤੇ ਇੰਡਸਟਰੀ 'ਚ ਬਣੇ ਆ, ਔਰ ਜਿਹੜੇ ਉਹਨਾਂ ਸੋਫੇ ਕੱਪੜੇ ਸੋਫਿਆਂ 'ਤੇ ਬੈਠੇ ਆ, ਬੈੱਡ 'ਤੇ ਬੈਠੇ ਆ, ਕੱਪੜੇ ਪਾਏ ਆ, ਉਹ ਵੀ ਕਿਸੇ ਇੰਡਸਟਰੀ ਨੇ ਬਣਾਏ ਆ। ਦੇਖੋ, ਇੰਡਸਟਰੀ ਔਰ ਕ੍ਰਿਸ਼ੀ ਇਹ ਦੋਨੋਂ ਨਾਲ ਨਾਲ ਚੱਲਣ ਵਾਲੀ ਚੀਜ਼ਾਂ ਨੇ ਔਰ ਸਾਡੀ ਜ਼ਰੂਰਤਾਂ ਵਾਸਤੇ ਨੇ, ਔਰ ਇਸ ਤੋਂ ਵੱਡੀ ਗੱਲ ਸਮਝਣ ਵਾਲੀ ਹੈ ਕਿ ਵੀ ਅਸੀਂ ਕਦੀ ਵੀ ਜਾਂ ਡਿਸਕਸ਼ਨ ਕਰੀਏ ਇਹਨੂੰ ਇੰਡਸਟਰੀ ਔਰ ਕ੍ਰਿਸ਼ੀ ਨੂੰ ਆਪਸ 'ਚ ਲੜਾਉਣ ਦੀ ਕੋਸ਼ਿਸ਼ ਨਾ ਕਰੀਏ। ਅਗਰ ਸਪੋਜ਼ ਮੈਂ ਕਹਿੰਦਾ ਜੀ ਸਾਡੀ ਇੰਡਸਟਰੀ ਬੰਦ ਕਰ ਦਈਏ, ਸਭ ਕੁਝ ਬੰਦ ਹੋ ਜਾਵੇ, ਤਾਂ ਕਿਆ ਜ਼ਿੰਦਗੀ ਜੀ ਪਾਓ?
दिमाग दोनों चीजा जड़िया प्रॉफिटेबल चाहन और बिना सबसिडीज के आगे वधन जिथे तक किसानों की गल है किसानों जो असीं सबसिडी दिंदे आ वो कोई खराद नहीं है क्योंकि खाने तो सानू ही पैदा असीं खांदे तो आप ही हैं अपने वास्ते करदे आ और जी मैं कर्जे दे बारे जे तुसीं काउंट करना शुरू करो एग्रीकल्चर सैक्टर च इलैक्ट्रिसिटी फ्री ठीक है वाटर फ्री बिल्कुल दोबारा दस देना जी फर्टिलाइजर फिर जब इतों उस तो बाद जब लैके जाते हो चक के वो मंडी च लैके जाते हो मंडी तो बाद जाके जा स्टोर करते हो स्टोर करके वेस्ट हो जाए डिस्पोजल कर लाने ये भी देखो मतलब कहने का अभिप्राय है कि असि दोनों चीजा जरूरी है आप आपस से वो ना करिए विचार करना चाहिए और सरकारा नू किते ना किते आने वाले टाइम च फर्स्ट स्टेप यह है कि उन्होंने एग्जिस्टिंग जी हर साल की खेती है वो प्रॉफिटेबल होती जाए और जो उन्हें पुराने डेट्स हैं उन्होंने सिस्टमैटिकली सोली सोली सरकार अपनी फाइनैशियल पोजिशन देख के क्लीयर करे सरकार ओन करे ओके जोशी डॉक्टर ज्ञान सिंह प्राशी जी मैं आना तो डॉक्टर ज्ञान सिंह इस मुद्दे पर कुछ कहना मैं दो छोटे छोटे कमेंट देने हैं एक प्राशी रोन का एक इन्हों का पहली गल तो जो कहते भी एग्रीकल्चर से इंडस्ट्री को कंपेयर नहीं करना चाहिए असं इन्होंने सहमत जो असं एग्रीकल्चर के नॉन एग्रीकल्चर सैक्टर कंपेयर कर लें एग्रीकल्चर 53% पापूलेशन अपनी रोजी रोटी लिए निर्भर है उन्होंने दिने आप नैशनल इनकम चो 14% जे ब्लैक मनी गिन लीए उनकी परसेंटेज रही 8 जां 53% लोगों को 8% देवे तो वह भुखे मरणगे उनकी डेप्रीवेशन होगी वो दुरकारे जाएंगे वो उजाड़े जाएंगे फिर क्यों ना कंपेयर करिए क्यों नहीं उन्होंने हिस्सा मिलना चाहिए उनका हिस्सा किवें मिले जी गल तुसीं कही करजे वाली 29 बैंकों ने जिहड़ा हैगा 1,14,000 करोड़ रुपया माफ़ किया ये एक छोटे जिहा तुसीं उदाहरण लई है जे पिछले साल के राइट ऑफ्स देखिए कारपोरेट सैक्टर 5,90,000 करोड़ दे है जे प्रॉपर्टी की ट्रांसफर देखिए तो वो गिणती का शायद सिफरा मुक जाएगी इन्नी वड्डी होगी सो ये जिहड़े बंदे ने इन्हां नूं देना पऊ अदरवाइज़ इहदियां इकनोमिक सोशल पोलीटिकल बिगाड़ निकलणगे एक जिहड़ी गल प्राशर उन्हां ने कही है ग्राउंड वाटर डिपलीशन की मैं इन्हां नाल बिल्कुल सहमत हैं कि पानी का मिसयूज़ हो रहा फ्री इलैक्ट्रिसिटी करके पर उन्हें मीटर्ड किया जा सकता है वो अज की घड़ी फ्री है देनी पेगी पर छोटे फार्मर के हक च हो डिस्क्रिमीनेटिंग होके ओके डॉक्टर साहब थोड़ा व्यूमेंट आ गया पर मैं थोड़ी गल भी ऐड करना चाहता कि पिछला जमाना गया जो एक गल कही जाती थी कि किसान ही पानी ज़्यादा कढ़ता अजकल जिदा का पानी घर वरत्या जाता है इंडस्ट्री वरत्या जाता है शायद किसान का ना ज़्यादा बदनाम किया जा रहा है प्रश्न इस मुद्दे से तुम कुछ कहना चाहते जी करजे बारे मैं थोड़ी जी गल करना चाहता बिल्कुल करो पिछे जे इत्थे रिजर्व बैंक ऑफ इंडिया के गवर्नर रघुराम राजन आए थे और उन्होंने यही सवाल किया गया सी कि पंजाब के किसान देखो कि धड़ाधड़ खुदकुशियां कर रहे हैं जी वो कर्जे के बोझ से थले दबे पे है और उन्होंने कोई हल होना चाहिए और डॉक्टर साहब ने वैसे जी गल बड़ी पते थी कही उन्हें कहे देखो कर्जा माड़ा नहीं है कर्जा आप किस कंडीशनैलिटी से लेने हैं वो एग्जामिन करने की लड़ है जे आप कर्जा 15% 20% 25% की ब्याज से ले लें तो वापस किवें होएगा इस करके जो कर्जा लैन वाला है वो बड़ा कुछ डिपेंड करता है कि जे तो उन्होंने भी कर्जा इस कंडीशनैलिटी से सूट करता लवे जे नहीं सूट करता तो मत लवे अपने सिर के उत्ते गलज में आप फंदा ना पाए यह ऑब्जरवेशन थी ओके ओके लेकिन नाल यह भी है कि अगर उन्होंने कोई होर कितों बैंक तो कितों मिलता ही नहीं और यहोजी कसूती स्थिति फसया है कि उन्हें कर्जा लैके कुड़ी का विआह करना है कोई होर फसल बेचनी है कोई होर घर की कोई गल करनी है तो फिर उत्थे ही जाएगा तो घूम फिर के इत्थे आ जाती है कि बैंक जिहड़े है वह कंसेशन रेट के उत्ते करदे उन्होंने मुहैया करान ता ही समस्या का कुछ हद तक हल होगा पंजाब की एक असीं स्टडी की है जी 1,007 किसान घर 301 खेत मजदूर घर की है तो वो जो देखा गया किसानों जुम्मे 69,355 करोड़ रुपए का करजा 2014-15 जी खेत मजदूरों जुम्मे जो 63,000 रुपया पर फैमिली करजा है पर दोनों की आमदनी इन्नी घट है कि वो आपकी आमदनों ब्याज भी नहीं मोड़ सकते इसलिए यह माफ़ी करनी पो इनकम जनरेट करनी पो करजे तो मुक्ति करवानी पैनी ओके डॉक्टर साहब हुण वक्त है कि छोटी जी ब्रेक का ब्रेक तो बाद असीं बजट नाल जुड़े मुद्दों पर वापस आने हैं।
ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਵਿਨੀਤ ਜੋਸ਼ੀ ਜੀ, ਜਿੱਦਾਂ ਆਪਾਂ ਪੰਜਾਬ ਨਾਲ ਜੁੜੇ ਮੁੱਦਿਆਂ 'ਤੇ ਬਜਟ ਨੂੰ ਜੋੜ ਕੇ ਬਹੁਤ ਸਾਰੀਆਂ ਗੱਲਾਂ ਨੂੰ ਦੇਖ ਰਹੇ ਹਾਂ, ਉਹਦੇ 'ਚ ਇੱਕ ਇਹ ਵੀ ਸੀ ਕਿ ਲਗਾਤਾਰ ਪੰਜਾਬ ਵੱਲੋਂ ਇਹ ਡਿਮਾਂਡ ਕੀਤੀ ਜਾਈ ਕਿ ਪੰਜਾਬ ਦੀ ਜੋ ਇਸ ਵੇਲੇ ਇਕੋਨਮੀ ਦੀ ਹਾਲਤ ਹੈ, ਕਿਸਾਨਾਂ ਦੀ ਹਾਲਤ ਹੈ, ਸਾਨੂੰ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਜਾਂ ਉਹਦੇ ਵੱਲ ਕੋਈ ਜਿਹੜਾ ਕੰਸਿਡਰੇਸ਼ਨ ਹੋਣੀ ਚਾਹੀਦੀ ਹੈ। ਬਜਟ 'ਚ ਕਿਤੇ ਇੱਦਾਂ ਦੀ ਰਿਫਲੈਕਸ਼ਨ ਨਹੀਂ ਆਈ ਕਿ ਪੰਜਾਬ ਵੱਲ ਧਿਆਨ ਦਿੱਤਾ ਗਿਆ? ਦੇਖੋ, 3.5 ਸਾਲਾਂ ਵਾਸਤੇ 100 ਕਰੋੜ ਰੁਪਇਆ ਦੇਣਾ, ਉਹ ਤਾਂ ਪੰਜਾਬ ਵਾਸਤੇ ਧਿਆਨ ਰੱਖਿਆ ਗਿਆ। ਦੂਜਾ, ਐਗਰੀਕਲਚਰ ਔਰ ਰੂਰਲ ਡਿਵੈਲਪਮੈਂਟ ਵਾਸਤੇ ਜਿਹੜਾ ਪੈਸਾ ਲਗਾਇਆ ਜਾ ਰਿਹਾ, ਉਹਦਾ ਬਹੁਤ ਵੱਡਾ ਬੈਨੀਫਿਟ ਪੰਜਾਬ ਨੂੰ ਮਿਲਣਾ ਹੈ। ਔਰ ਈਵਨ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਇੰਡਸਟਰੀ 'ਚ FDI ਦੀ ਗੱਲ ਵੀ ਆਈ ਹੈ, ਉਹਦਾ ਵੀ ਪੰਜਾਬ ਨੂੰ ਹੀ ਫਾਇਦਾ ਮਿਲਣਾ। ਔਰ ਕਈ ਸਾਰੀ ਸੋਸ਼ਲ ਸਕੀਮਸ ਨੇ, ਹੁਣ ਡਾਇਲਿਸਿਸ ਯੂਨਿਟ ਹਰ ਜ਼ਿਲ੍ਹੇ 'ਚ ਲੱਗਣਾ ਹੈ, ਉਹ ਵੀ ਪੰਜਾਬ 'ਚ ਲੱਗਣਾ ਹੈ। 1 ਲੱਖ ਰੁਪਇਆ ਪਰ ਫੈਮਿਲੀ ਆਉਣੀ ਹੈ ਇੰਸ਼ੋਰੈਂਸ, ਉਹ ਵੀ ਪੰਜਾਬ 'ਚ ਆਉਣੀ ਹੈ। 30,000 ਰੁਪਇਆ ਐਡੀਸ਼ਨਲ ਸੀਨੀਅਰ ਸਿਟੀਜ਼ਨ ਵਾਸਤੇ ਆਉਣਾ ਹੈ, ਉਹ ਵੀ ਪੰਜਾਬ 'ਚ ਆਉਣਾ ਹੈ। ਸੋ ਤੁਸੀਂ ਸਕੀਮਾਂ ਸਾਰੀਆਂ ਚੱਕ ਲਓ, ਹਰ ਸਕੀਮ ਜਿਹੜੀ ਹੈ ਉਹ ਪੰਜਾਬ ਨੂੰ ਇਕੁਅਲੀ ਉਹਦਾ ਐਡਵਾਂਟੇਜ ਹੈ। ਔਰ ਖਾਸ ਕਰਕੇ ਰੂਰਲ ਔਰ ਕਿਸਾਨਾਂ ਵਾਲਾ ਸਾਡਾ। ਦੇਖੋ, ਦੂਸਰੀ ਗੱਲ ਇਹ ਹੈ, ਸਰਕਾਰਾਂ ਨਾਲ ਸਿਸਟਮ ਨਾਲ ਕੰਮ ਕਰਦੀਆਂ, ਗਿਆਨ ਜੀ ਔਰ ਪ੍ਰਾਸ਼ਰ ਜੀ ਇੱਕ ਗੱਲ ਹੀ ਕਰਨਗੇ। ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ ਜੋ ਪੈਸੇ ਟ੍ਰਾਂਸਫਰ ਕਰਦੀ ਹੈ, ਉਹ ਕਿਸੇ ਸਕੀਮ ਦੇ ਤਹਿਤ ਦਿੰਦੀ, ਕਿੰਨੇ ਹੈਡਸ ਦੇ ਤਹਿਤ ਦਿੰਦੀ ਹੈ। ਜਦੋਂ ਦਿੰਦੀ ਹੈ, ਉਹਦੇ ਜਿਹੜੇ ਮਾਪਦੰਡ ਸ਼ਰਤਾਂ ਹੈ ਉਹ ਪੂਰੀ ਕਰਕੇ ਸਟੇਟ ਗਵਰਨਮੈਂਟ ਰਿਪੋਰਟ ਕਰਨਾ ਹੁੰਦਾ। ਸਾਡੀ ਪੰਜਾਬ ਗਵਰਨਮੈਂਟ ਕਿਤੇ ਨਾ ਕਿਤੇ ਇਹਨਾਂ ਗੱਲਾਂ 'ਚ ਕਿਤੇ ਨਾ ਕਿਤੇ ਕੋਤਾਹੀ ਹੋ ਰਹੀ ਹੈ, ਉਸ ਕਰਕੇ ਜਿਹੜੇ ਸਕਸੈਸਿਵ ਪੈਸੇ ਆਉਣੇ ਹੁੰਦੇ ਉਹ ਨਹੀਂ ਆਉਂਦੇ, ਉਸ ਕਰਕੇ ਕ੍ਰਾਈਸਿਸ ਕ੍ਰੀਏਟ ਹੋ। ਓਕੇ, ਥੈਂਕ ਯੂ। ਪਰ ਕਾਰਨ ਜਿਹੜਾ ਹੈਗਾ ਉਹ ਸਟੇਟ ਗਵਰਨਮੈਂਟ 'ਚ ਹੈ, ਯੂਸੀ ਨਹੀਂ ਦੇ ਪਾਉਂਦੇ। ਓਕੇ, ਥੈਂਕ ਯੂ ਵੈਰੀ ਮਚ। ਡਾਕਟਰ ਗਿਆਨ ਸਿੰਘ ਜੀ, ਇਸ ਮੁੱਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਗੱਲ ਜੋਸ਼ੀ ਹੋਣੀ ਕਹਿ ਰਹੇ ਨੇ, ਉਹ ਪਹਿਲੀ ਗੱਲ ਤਾਂ ਅੰਕੜਿਆਂ ਦੀ ਖੇਲ ਹੈ ਕਿ ਇੰਨਾ ਆ ਰਿਹਾ, ਤੁਹਾਨੂੰ ਮੈਂ ਦੱਸਤਾ ਪਰ ਪਰਸਨ, ਮਤਲਬ ਪਰ ਮੰਥ ਕਿੰਨਾ ਆਊਗਾ, ਅਤੇ ਉਹਦਾ ਹੱਸੋ ਹੋਣੀ ਜੀ ਗੱਲਾਂ ਨੇ। ਮੇਰੀ ਮੈਨੂੰ ਗਲਤ ਕਰ ਲੈਣ, ਜੋ ਸਰ ਦੇਖੋ ਡਿਸਕਸ਼ਨ ਚੱਲਣਾ, ਆਹ ਨਾ ਕਰੋ, ਆਹ ਨਜਾਇਜ਼। ਨਹੀਂ, ਮੇਰੀ ਦੂਜੀ ਗੱਲ ਹੈ, ਜਿਹੜੇ ਉਹ ਬੈਨੀਫਿਟ ਹੋਣਗੇ ਸਾਰੇ ਦੇਸ਼ ਨੂੰ ਹੋਣਗੇ, ਪਰ ਪੰਜਾਬ ਨੇ 1970 ਤੋਂ ਲੈ ਕੇ ਈਵਨ ਆਜ਼ਾਦੀ ਦੀ ਲੜਾਈ 'ਚ ਜਿਹੜਾ ਯੋਗਦਾਨ ਪਾਇਆ 1947 ਵਾਲਾ ਫੂਡ ਗ੍ਰੇਨ 'ਚ, ਇਕੱਲਾ ਜੇ ਉਹਨੂੰ ਲੈ ਲਿਆ ਜਾਵੇ, ਕਿਉਂ ਨਾ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਜਾਵੇ? ਜਿਹੜੇ ਕਹਿੰਦੇ ਇਕਨੋਮਿਕ ਪੈਕੇਜ ਕਿਸੇ ਖਾਸ ਆਧਾਰ 'ਤੇ ਮਿਲਦੇ ਆ, ਇਕਨੋਮਿਕ ਪੈਕੇਜ ਤਾਂ ਪੋਲੀਟੀਕਲ ਆਧਾਰ 'ਤੇ ਵੀ ਮਿਲਦੇ ਨੇ, ਅਤੇ ਅਸੀਂ ਪੋਲੀਟੀਕਲ ਆਧਾਰ ਵਾਲਾ ਨਹੀਂ ਕਹਿੰਦੇ, ਅਸੀਂ ਤਾਂ ਪੰਜਾਬ ਦੀ ਕੰਟਰੀਬਿਊਸ਼ਨ ਵਾਲਾ ਇਕਨੋਮਿਕ ਪੈਕੇਜ ਦੀ ਗੱਲ ਕਰਦੇ ਹਾਂ, ਉਹ ਹਰ ਹਾਲਤ ਬਣਦਾ ਹੈ, ਉਹ ਦੇਣਾ ਚਾਹੀਦਾ। ਡਾਕਟਰ ਗਿਆਨ ਸਿੰਘ, ਮੈਂ ਤੁਹਾਨੂੰ ਚੇਤੇ ਕਰਾਉਂਦਾ ਕਿ ਬਿਹਾਰ ਦੀ ਇਲੈਕਸ਼ਨ ਤੋਂ ਪਹਿਲਾਂ ਵੀ ਇੱਕ ਪੈਕੇਜ ਦਿੱਤਾ ਗਿਆ। ਦਿੱਤਾ ਸੀ, ਬਿਲਕੁਲ ਜੀ, ਅਤੇ ਪੰਜਾਬ ਉਹਦੇ ਲਈ ਕਿਉਂ ਨਹੀਂ? ਪ੍ਰਾਸ਼ੀ, ਤੁਸੀਂ ਇਸ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਹੋ? ਪੰਜਾਬ ਦੇ ਚੀਫ ਮਿਨਿਸਟਰ ਨੇ ਜਿੱਦਾਂ ਤੁਸੀਂ ਗੱਲ ਕਰੀ ਸੀ, ਲਗਾਤਾਰ ਇਸ ਗੱਲ 'ਤੇ ਸਟ੍ਰੈਸ ਕੀਤਾ ਕਿ ਪੰਜਾਬ ਲਈ ਪੈਕੇਜ ਮਿਲਣਾ ਚਾਹੀਦਾ। ਜੀ, ਮੈਂ ਸਮਝਦਾ ਹਾਂ ਕਿ ਜਿਹੜੇ ਪੰਜਾਬ ਵੱਲੋਂ ਹਰ ਬਜਟ 'ਤੇ ਪਹਿਲੇ ਜਾਂ ਹਰ ਮੌਕੇ 'ਤੇ ਇਹ ਕਹਿੰਦੇ ਸਾਨੂੰ ਇਕਨੋਮਿਕ ਪੈਕੇਜ ਜੋ ਸਾਡਾ ਬੁਰਾ ਹਾਲ ਹੈ, ਉਹ ਐਤਕੀ ਵੀ ਜਿਹੜਾ ਰਿਚੁਅਲਿਸਟਿਕਲੀ ਜਿਹੜਾ ਹੈ ਇਹਨਾਂ ਨੇ ਉੱਥੇ ਡਿਮਾਂਡ ਕੀਤੀ ਔਰ ਉਹਨਾਂ ਨੇ ਰਿਚੁਅਲਿਸਟਿਕਲੀ ਉਹਨੂੰ ਰਿਜੈਕਟ ਕਰਤਾ। ਓਕੇ, ਉਹਦੀ ਮੇਨ ਵਜ੍ਹਾ ਇਹ ਹੈ ਕਿ ਪੰਜਾਬ ਜਿਹੜਾ ਹੈ ਜਿਸ ਆਧਾਰ ਦੇ ਉੱਤੇ ਇਕਨੋਮਿਕ ਪੈਕੇਜ ਮੰਗ ਰਿਹਾ, ਉਹਨੂੰ ਜਿਹੜਾ ਟੋਟਲ ਕੈਲਕੂਲੇਟ ਕਰ ਦੇਣਾ ਉਹ ਆਧਾਰ ਹੀ ਗਲਤ ਹੈ। ਫੋਰ ਇੰਸਟੈਂਸ, ਕਿ ਜਿਹੜਾ ਬਿਜਲੀ ਪਾਣੀ ਨੂੰ 1,000 ਕਰੋੜ ਰੁਪਏ ਦੀ ਸਬਸਿਡੀ ਆਪਾਂ ਹਰ ਸਾਲ ਦਿੰਦੇ ਹਾਂ, ਉਹ ਵੀ ਆਪਣੇ ਘਾਟੇ ਵਿੱਚ ਸ਼ਾਮਿਲ ਕਰ ਲੈਂਦੇ, ਤਾਂ ਸੈਂਟਰ ਵਾਲੇ ਕਹਿੰਦੇ ਪਹਿਲੇ ਇਹ ਬੰਦ ਕਰੋ, ਇਹਨਾਂ ਨੂੰ ਬੰਦ ਕਰਕੇ ਫਿਰ ਤੁਸੀਂ ਸੜਕਾਂ ਲਾਓ, ਫਿਰ ਸਾਨੂੰ ਦੱਸੋ ਕਿ ਤੁਹਾਨੂੰ ਕਿੰਨਾ ਘਾਟਾ ਪੈ ਰਿਹਾ। ਅਸੀਂ ਉਹ ਜਿੰਨਾ ਘਾਟਾ ਉਹ ਅਸੀਂ ਪੂਰਾ ਕਰ ਦਿਆਂਗੇ ਜਾਂ ਕਮ ਸੇ ਕਮ ਵਿਚਾਰ ਜ਼ਰੂਰ ਕਰਾਂਗੇ। ਇਹ ਕਰਨ ਨੂੰ ਤਿਆਰ ਨਹੀਂ ਹੈ। ਇਹਨਾਂ ਦੀ ਇਹੀ ਸ਼ਿਕਾਇਤ ਨਹੀਂ ਜੀ, ਸੈਂਟਰ ਸਾਡੇ ਨਾਲ ਦੇਖ ਸੁਣ ਨਹੀਂ ਰਿਹਾ, ਸੈਂਟਰ ਸਾਡੀ ਗੱਲ ਨਹੀਂ ਬਣ ਰਿਹਾ। ਹੁਣ ਇਹਦੇ 'ਤੇ ਕਿਵੇਂ ਮੂਵਮੈਂਟ ਹੋਏਗੀ, ਇਹ ਹੁਣ ਪੰਜਾਬ ਅਤੇ ਦਿੱਲੀ ਜੇ ਦੋਨੇ ਸਰਕਾਰਾਂ ਨੂੰ ਆਪਸ 'ਚ ਬੈਠ ਕੇ ਇਹਦਾ ਕੋਈ ਹੱਲ ਬਣਾ ਪੈਣਾ, ਕਿਉਂਕਿ ਇਕਨੋਮਿਕ ਪੈਕੇਜ ਜਿਹੜਾ ਹੈ ਇਸ ਬੇਸਿਸ 'ਤੇ ਕਿ ਜੀ ਸਾਡਾ ਬਹੁਤ ਬੁਰਾ ਹਾਲ ਹੈ, ਤੁਹਾਨੂੰ ਪੈਸੇ ਦਿਓ, ਉਹ ਨਹੀਂ ਜੇ ਮਿਲਣਾ। ਲੇਕਿਨ ਨਾਲ ਹੀ ਪੰਜਾਬ ਸਰਕਾਰ ਦੀ ਜਿਹੜੀ ਇਹ ਗੱਲ ਕਿ ਮਿਲੀਟੈਂਸੀ ਦੇ ਦੌਰਾਨ ਸੈਂਟਰਲ ਫੋਰਸਿਸ ਜਿਹੜੀਆਂ ਇੱਥੇ ਤੈਨਾਤ ਹੋਈਆਂ ਨੇ, ਉਹ 'ਤੇ ਜਿਹੜਾ ਖਰਚਾ ਹੈ ਉਹ ਗਵਰਨਮੈਂਟ ਆਫ ਇੰਡੀਆ ਨੂੰ ਬੀਅਰ ਕਰਦੇ ਲੰਬੇ ਸਮੇਂ ਤੋਂ ਪੰਜਾਬ ਦੀ ਮੰਗ ਹੈ। ਮੈਂ ਸਮਝਦਾ ਕਿ ਇਹ ਲੌਂਗ ਸਟੈਂਡਿੰਗ ਡਿਮਾਂਡ ਬਿਲਕੁਲ ਸਹੀ ਹੈਗੀ ਹੈ, ਇਹ 'ਤੇ ਸੈਂਟਰ ਨੂੰ ਜ਼ਰੂਰ ਪੰਜਾਬ ਦੀ। ਓਕੇ ਓਕੇ, ਡਾਕਟਰ ਗਿਆਨ ਸਿੰਘ ਜੀ, ਇਸ ਮੁੱਦੇ 'ਤੇ ਜਿੱਦਾਂ ਪ੍ਰਾਸ਼ੀ ਜੀ ਨੇ ਗੱਲ ਕੀਤੀ, ਲੱਗਦਾ ਨਹੀਂ ਕਿ ਵੀ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਬੇਸ਼ੱਕ ਸਰਕਾਰ ਬਦਲੀ ਹੈ, ਇਹਨਾਂ ਦੇ ਅਕਾਲੀ ਦਲ ਦੇ ਮਿੱਤਰਾਂ ਦੀ ਸਰਕਾਰ ਆ ਗਈ ਹੈ ਮੋਦੀ, ਇਹਦੇ ਬਾਵਜੂਦ ਜਿਹੜਾ ਹੈਗਾ ਇਸ ਇਸ਼ੂ ਜਿੱਦਾਂ ਪ੍ਰਾਸ਼ੀ ਜੀ ਨੇ ਕਿਹਾ ਉਹੀ ਸਟੈਂਡ ਹੈ ਜਿਹੜਾ ਪਹਿਲਾਂ ਕਾਂਗਰਸ ਵੇਲੇ ਰਿਹਾ। ਦੇਖੋ, ਪਹਿਲੀ ਗੱਲ ਤਾਂ ਇਹਨਾਂ ਨੇ ਇੱਕ ਗੱਲ ਪ੍ਰਾਸ਼ਰ ਉਹਨਾਂ ਨੇ ਕਹਿਤੀ ਹੈ ਕਿ ਇੱਕ ਤਰ੍ਹਾਂ ਜਸਟੀਫਾਈ ਹੁੰਦਾ ਹੈ ਨਾ ਮਿਲੀਟੈਂਸੀ ਵਾਲਾ, ਮੈਨੂੰ ਤਾਂ ਲੱਗਦਾ ਕਿ ਦੂਜੀ ਤਰ੍ਹਾਂ ਵੀ ਜਸਟੀ ਪੈਂਦਾ। 1970 ਤੋਂ ਲੈ ਕੇ ਪਿਛਲੇ 47 ਸਾਲ ਦਾ ਘਾਟਾ ਝੱਲ ਕੇ ਜਿੰਨਾ ਇਹ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਤੋਂ ਰਾਹਤ ਦਵਾਈ ਹੈ, ਉਹ ਵੀ ਇਹਦਾ ਪੈਕੇਜ ਬਣਦਾ ਹੈਗਾ। ਜੀ ਜੀ ਜੀ, ਹੈ ਨਾ। ਅਤੇ ਜਿਹੜੀ ਦੂਜੀ ਗੱਲ ਹੈਗੀ, ਸਰਕਾਰ ਕੋਈ ਵੀ ਆਵੇ ਕਿਸੇ ਪੋਲੀਟੀਕਲ ਪਾਰਟੀ ਦੀ ਆਵੇ, ਅਤੇ ਜੇ ਪਿਛਲੇ ਫਾਈਨੈਂਸ ਕਮਿਸ਼ਨ 3 ਲੈ ਲਈਏ ਤਾਂ ਮੇਜਰ 15 ਸਟੇਟ ਦੇ ਵਿੱਚੋਂ ਪੰਜਾਬ ਦੂਜੇ ਜਾਂ ਤੀਜੇ ਥੱਲੇ ਹੁੰਦਾ ਹੈਗਾ ਪੈਸੇ ਮਿਲਣ 'ਚ, ਫਿਰ ਸਾਨੂੰ ਬੈਨੀਫਿਟ ਕਿੱਥੋਂ ਮਿਲੇਗਾ? ਜਿਹੜੀ ਜੋਸ਼ੀ ਹੋਣੀ ਗੱਲ ਕਹਿ ਰਹੇ ਸੀ, ਇੱਥੋਂ ਆਊਗਾ ਪੈਸਾ, ਉੱਥੋਂ ਆਊਗਾ 42 32
ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਕੇਂਦਰ ਸਰਕਾਰ ਨਾਲ ਨੈਗੋਸ਼ੀਏਸ਼ਨ ਕਰੇ ਤੇ ਆਪਦੇ ਇਸ਼ੂ ਰੇਜ਼ ਕਰੇ, ਟੇਕ ਅਪ ਕੀਤੇ। ਓਕੇ ਵਿਨੀ ਜੋਸ਼ੀ ਜੀ, ਇੱਕ ਨਿੱਕਾ ਜਿਹਾ ਕੁਐਸਚਨ ਜਿਹੜਾ ਇਸ ਇੰਡਸਟਰੀ ਦੇ ਨਾਲ ਵੀ, ਜਦੋਂ ਆਪਾਂ ਗੱਲ ਕਰਦੇ ਵੀ ਐਗਰੀਕਲਚਰ ਦੀ ਗੱਲ ਕੀਤੀ ਹੈ, ਇਸ ਵੇਲੇ ਤੁਸੀਂ ਵੀ ਮੀਡੀਆ ਦੇ ਅੰਦਰ ਦੇਖਿਆ ਹੋਣਾ ਕਿ ਖਾਸ ਤੌਰ 'ਤੇ ਜਿਹੜੀ ਆਪਣੀ ਵੱਡੀ ਇੱਕ ਇੰਡਸਟਰੀ ਲੁਧਿਆਣਾ ਦੀ ਸਾਈਕਲ ਇੰਡਸਟਰੀ ਹੈ, ਇਹ ਕਿਹਾ ਗਿਆ ਕਿ ਬਜਟ 'ਚ ਉਹਨਾਂ ਨੂੰ ਵੀ ਥੋੜ੍ਹੀ ਨਿਰਾਸ਼ਤਾ ਹੋਈ ਹੈ ਕਿਉਂਕਿ ਕਿਸੇ ਕਿਸਮ ਦੀ ਲੋਹੇ ਦੀਆਂ ਕੀਮਤਾਂ ਵੱਧ ਗਈਆਂ, ਉਹਨਾਂ ਨੂੰ ਕੋਈ ਰਿਲੀਫ ਨਹੀਂ ਹੈ ਔਰ ਕਾਫੀ ਜ਼ਿਆਦਾ ਡਿਮੋਰਲਾਈਜੇਸ਼ਨ ਹੈ ਜਿਹੜੀ ਪੰਜਾਬ ਦੀ ਵੱਡੀ ਇੰਡਸਟਰੀ ਮੰਨੀ ਗਈ ਹੈ। ਤੁਹਾਡੀ ਗੱਲ ਠੀਕ ਹੋ ਸਕਦੀ ਹੈ ਕਿਉਂਕਿ ਮੈਂ ਇਸ ਪੱਖ ਨਾਲ ਬਜਟ ਦੀ ਡਿਟੇਲਸ ਨੂੰ ਦੇਖਿਆ ਨਹੀਂ ਹੈ ਔਰ ਵੈਸੇ ਵੀ ਮੈਨੂੰ ਡਿਟੇਲਸ ਦੇਖਣ ਦਾ ਮੌਕਾ ਕਿੱਥੇ ਮਿਲੇਗਾ, ਮੈਂ ਕਿਹੜਾ MP ਹਾਂ ਜੀ ਜੀ ਕੋਈ ਗੱਲ ਨਹੀਂ, ਬਾਅਦ ਵਿੱਚ ਆ ਕੇ ਦੇਖ ਲਵਾਂ ਜੀ ਜੀ ਜੀ। ਪਰ ਮੈਂ ਕਹਿਣਾ ਚਾਹੂੰਗਾ ਕਿ ਸਾਡਾ ਜਿਹੜਾ ਇਹ ਬਜਟ ਹੈ ਦੇਸ਼ ਦੀ 65% ਪਾਪੂਲੇਸ਼ਨ ਨੂੰ ਕੇਟਰ ਕਰਨ ਵਾਸਤੇ ਇੱਕ ਬਹੁਤ ਵੱਡਾ ਐਫਰਟ ਹੈ, ਕੋਸ਼ਿਸ਼ ਹੈ। ਇਹਦੀ ਕਿਤੇ ਨਾ ਕਿਤੇ ਲੋਕਾਂ ਨੂੰ ਪੂਰੇ ਦੇਸ਼ ਦੇ ਅੰਦਰ ਪੂਰੇ ਵਰਲਡ ਓਵਰ ਕਿਤੇ ਨਾ ਕਿਤੇ ਇਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਸ਼ਲਾਘਾ ਕਰਨੀ ਚਾਹੀਦੀ ਹੈ, ਨਾਲ ਨਾਲ ਇਹਨੂੰ ਇਨਕਰੇਜ ਕਰਨਾ ਚਾਹੀਦਾ। ਓਕੇ ਓਕੇ ਜੋਸ਼ੀ ਜੀ, ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਤਾਂ ਪਾਰਲੀਮੈਂਟ ਦੇ ਅੰਦਰ ਵੀ ਜਿਹੜਾ ਹੈਗਾ ਹਾਕਮ ਧਰ ਨੇ ਬਹੁਤ ਥੱਪ ਥਪਾ ਕੇ ਇਹਦੀ ਪ੍ਰਸ਼ੰਸਾ ਵੀ ਕੀਤੀ ਹੈ। ਡਾਕਟਰ ਗਿਆਨ ਸਿੰਘ, ਇੰਪਲਾਈਜ਼ ਜਿਹੜਾ ਦੇਸ਼ ਦਾ ਇੱਕ ਬਹੁਤ ਵੱਡਾ ਸੈਗਮੈਂਟ ਹੈਗਾ, ਉਹਦੇ 'ਚ ਇੱਕ ਇਸ ਗੱਲ 'ਤੇ ਵੀ ਨਿਰਾਸ਼ ਤੇ ਇਹ ਕਿ ਜੋ PF ਦੇ ਮੁੱਦੇ ਦੀ ਗੱਲ ਕਰਦੇ ਹਾਂ ਕਿ PF ਜਦੋਂ ਉਹਨਾਂ ਨੇ ਕਢਾਉਣਾ ਤਾਂ ਉਹਦੇ 'ਤੇ ਵੀ ਉਹਨਾਂ ਨੂੰ ਟੈਕਸ ਚਾਰਜ ਲੱਗਣਗੇ। ਇਹ ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇੱਕ ਥੋੜ੍ਹੀ ਜਿਹੀ ਕਰੈਕਸ਼ਨ ਹੈ ਕਿ ਇੰਪਲਾਈਜ਼ ਬਹੁਤ ਛੋਟਾ ਹਿੱਸਾ ਹੈਗੇ ਲੇਬਰ ਫੋਰਸ ਦਾ, ਇਹ ਤਕਰੀਬਨ 7% ਇੰਪਲਾਈਜ਼ ਨੇ, ਉਹਦੇ ਵਿੱਚੋਂ ਹਾਰਡਲੀ 3-4% ਹੈ ਆਰਗੇਨਾਈਜ਼ਡ ਫੈਕਟਰ ਹੈਗੇ। ਪਰ ਜਿਹੜੀ ਗੱਲ ਆਪਾਂ ਪ੍ਰੋਵੀਡੈਂਟ ਫੰਡ ਦੀ ਕਰਦੇ ਹਾਂ ਉਹ ਤਾਂ ਸਿੱਧਾ ਡੱਕ ਹੈ, ਪਹਿਲੀ ਗੱਲ ਤਾਂ ਉਹਨੂੰ ਫਿਕਸ ਰੇਟ ਦਿੰਦੇ ਹਾਂ ਇੰਟਰਸਟ ਦਾ, ਦੂਜੀ ਗੱਲ ਉਹ ਐਗਜੈਂਪਟ ਕੀਤਾ ਉਹਦੇ ਚਾਹੇ ਪ੍ਰਿੰਸੀਪਲ ਅਮਾਊਂਟ 'ਤੇ, ਜਿਵੇਂ ਅੱਜ ਪ੍ਰਾਸ਼ਰ ਸਾਹਿਬ ਗੱਲ ਕਰਦੇ ਆਪਾਂ ਪਹਿਲਾਂ ਬੈਠੇ ਸੀ ਕਿ ਉਹਦੇ ਇੰਟਰਸਟ 'ਤੇ ਵੀ ਲੱਗੂਗਾ, ਉਹਦਾ ਇੰਟਰਸਟ ਤਾਂ ਪਹਿਲੇ ਐਗਜੈਂਪਟਡ ਹੈ, ਉਹਦਾ ਕਿਉਂ ਟੈਕਸ ਲੱਗੇ? ਇੱਕੋ ਇੱਕ ਪਰਪਜ਼ ਹੈ ਕਿ ਪ੍ਰੋਵੀਡੈਂਟ ਫੰਡ ਦੇ ਨੂੰ ਡਿਸਕਰੇਜ ਕਰੋ, ਮਾਰਕੀਟ 'ਚ ਪੈਸਾ ਆਵੇ, ਕਾਰਪੋਰੇਸ਼ਨਾਂ ਪ੍ਰਫੁੱਲਤ ਹੋਣ। ਓਕੇ ਪ੍ਰਸ਼ੀ, ਇਸ ਮੁੱਦੇ 'ਤੇ ਕੋਈ ਕਮੈਂਟ ਕਰਨਾ ਚਾਹੁੰਦੇ ਹੋ? ਕਰ ਜੀ, ਅੱਜ ਜਿਹੜੀ ਪ੍ਰੋਵੀਡੈਂਟ ਫੰਡ ਦੀ ਗੱਲ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਪਹਿਲੇ ਇਸ 'ਤੇ ਯੂਟਰਨ ਲੈ ਗਈ ਹੈ। ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਪਾਰਲੀਮੈਂਟ ਦੇ ਵਿੱਚ ਕਿ ਅਸੀਂ ਜਿਹੜੀ ਇਹ ਵਿਡਰੋਲ ਦੇ ਉੱਤੇ ਨਹੀਂ, ਅਮਾਊਂਟ ਦੇ ਉੱਤੇ ਵਿਡਰੋਲ ਦੇ ਟੈਕਸ ਨਹੀਂ ਲਗਾ ਰਹੇ, ਸਿਰਫ ਵਿਆਜ ਦੇ ਉੱਤੇ ਲਗਾ ਰਹੇ ਹਾਂ। ਲੇਕਿਨ ਮੈਂ ਸਮਝਦਾ ਇਹ ਵੀ ਇਹਨਾਂ ਦੀ ਜਾਤੀ ਹੈਗੀ ਹੈ, ਇਹ ਇਸ 'ਤੇ ਨਹੀਂ ਹੋਣਾ ਚਾਹੀਦਾ। ਓਕੇ ਜੋਸ਼ੀ ਜੀ, ਮੈਂ ਇੱਕ ਪੋਲੀਟੀਕਲ ਕੁਐਸਚਨ ਜਿਹੜਾ ਇਸ ਬਜਟ ਦੇ ਨਾਲ ਜੁੜਿਆ ਹੋਇਆ, ਅਕਸਰ ਜਿਹੜਾ ਮੀਡੀਆ ਦੇ ਅੰਦਰ ਵੀ ਆਇਆ, ਅਪੋਜੀਸ਼ਨ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਬਜਟ ਹੈ ਇੱਕ ਤਰ੍ਹਾਂ ਦਾ ਇਹਨੂੰ ਪੋਲੀਟੀਕਲ ਬਜਟ ਮੰਨਿਆ ਜਾ ਰਿਹਾ, ਕਿਉਂਕਿ ਹੋਰ ਥੋੜ੍ਹੇ ਸਮੇਂ ਤੱਕ ਪੱਛਮੀ ਬੰਗਾਲ, ਯੂਪੀ, ਪੰਜਾਬ, ਕਈ ਸਟੇਟਸ ਦੀਆਂ ਇਲੈਕਸ਼ਨ ਆ ਰਹੀਆਂ ਵੀ ਜਿਹੜਾ ਹੁਣ ਤੱਕ ਰੂਰਲ ਸੈਗਮੈਂਟ ਉਸ ਨੂੰ ਆਪਾਂ ਭੁੱਲੀ ਰੱਖਿਆ, ਉਹਦੇ ਬਾਰੇ ਧਿਆਨ ਨਹੀਂ ਦਿੱਤਾ ਗਿਆ, ਜੋ ਹੁਣ ਸਾਰਾ ਕੁਝ ਕੀਤਾ ਗਿਆ, ਕੀ ਲੱਗਦਾ ਕਿ ਪੋਲੀਟੀਕਲ ਐਂਗਲ ਨੂੰ ਧਿਆਨ 'ਚ ਰੱਖ ਕੇ ਜਿਹੜੇ ਇੰਨਾ ਵੱਡਾ ਕਨਸੈਸ਼ਨ ਜਾਂ ਜਿਹੜੇ ਬਜਟ 'ਚ ਫੰਡਸ ਮੁਹੱਈਆ ਕੀਤੇ ਗਏ? ਜਗਤਾਰ ਜੀ, ਸਾਡਾ ਪੂਰਾ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈਗਾ ਉਹ ਸਾਰਾ ਪੋਲੀਟੀਕਲੀ ਹੈ। ਓਕੇ ਬਿਲਕੁਲ, 5 ਸਾਲ ਇਲੈਕਸ਼ਨ ਲੜਨੇ ਹੁੰਦੇ ਨੇ, ਲੋਕਾਂ ਸੇਵਾ ਕਰਨੀ ਹੁੰਦੀ, ਲੋਕਾਂ ਸੇਵਾ ਕਰੋਗੇ ਲੋਕ ਤੁਹਾਨੂੰ ਦੁਬਾਰਾ ਚੁਣ ਕੇ ਲਿਆਉਂਦੇ। ਜੀ ਜੀ ਬਿਲਕੁਲ, ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ, ਇਹ ਸਾਡੀ ਸਰਕਾਰ ਦਾ ਇੱਕ ਬਹੁਤ ਵੱਡਾ ਹਿਸਟੋਰਿਕ, ਇੰਡੀਅਨ ਗੌਰਮੈਂਟ ਦਾ ਮੈਂ ਕਹਾਂਗਾ, ਨਾਟ ਸਾਡੀ, ਇੰਡੀਅਨ ਗੌਰਮੈਂਟ ਦਾ ਬਹੁਤ ਬੜਾ ਹਿਸਟੋਰਿਕ ਇੱਕ ਐਫਰਟ ਹੈ 65% ਪਾਪੂਲੇਸ਼ਨ ਦੇਸ਼ ਦੀ ਨੂੰ ਕੇਟਰ ਕਰਨ ਵਾਸਤੇ, ਉਹਨਾਂ ਦੀ ਜਿਹੜੀ ਬੁਰੀ ਹਾਲਾਤ ਹੈ ਉਹ ਠੀਕ ਕਰਨ ਵਾਸਤੇ, ਉਹਨਾਂ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਵਾਸਤੇ ਇੱਕ ਐਫਰਟ ਹੈ। ਮੈਂ ਇਹ ਨਹੀਂ ਕਹਾਂਗਾ ਕਿ ਅੱਜ ਕੀਤਾ ਤਾਂ ਕੱਲ੍ਹ ਠੀਕ ਹੋ ਜੂਗਾ, ਲੇਕਿਨ ਇਟ ਇਜ਼ ਐਨ ਐਫਰਟ ਇਨ ਅ ਰਾਈਟ ਡਾਇਰੈਕਸ਼ਨ। ਓਕੇ ਓਕੇ, ਥੈਂਕ ਯੂ ਵੈਰੀ ਮਚ, ਕਿਉਂਕਿ ਸਮਾਂ ਵੀ ਬੜਾ। ਡਾਕਟਰ ਗਿਆਨ ਸਿੰਘ, ਜਿਹੜਾ ਇੱਕ ਪੋਲੀਟੀਕਲ ਇਸ਼ੂ ਉੱਠਿਆ ਕਿ ਵੀ ਇਹ ਪੋਲੀਟੀਕਲ ਬਜਟ ਹੈ ਕਈ ਰਾਜਾਂ ਦੀਆਂ ਇਲੈਕਸ਼ਨ ਨੂੰ ਮੱਦੇਨਜ਼ਰ, ਇਹ ਤਾਂ ਜੋਸ਼ੀ ਉਹਨੇ ਆਪ ਹੀ ਕਹਿੰਦਾ ਵੀ ਸਾਡਾ ਤਾਂ ਹੁੰਦਾ ਹੀ ਇਹ ਕੰਮ, ਇਹਨਾਂ ਨੇ ਕਰਨਾ ਹੁੰਦਾ। ਪਰ ਇਹ 'ਚ ਚਾਹੀਦਾ ਜਿਹੜਾ ਪੋਲੀਟੀਕਲ ਗੱਲ ਵੀ ਹੋਵੇ ਉਹਦੇ ਨਾਲ ਕੋਈ ਉਹਦੀ ਸਾਰਥਕਤਾ ਹੋਵੇ, ਉਹਦੇ ਲਈ ਕੋਈ ਦਲੀਲ ਹੋਵੇ, ਉਹਦੇ ਲਈ ਕੋਈ ਜਸਟੀਫਿਕੇਸ਼ਨ ਹੋਵੇ। ਜੀ ਜੀ, ਅਤੇ ਜੇ ਸਿਰਫ ਚੋਣਾਂ ਜਿੱਤਣ ਲਈ ਹੈ ਫਿਰ ਉਹ ਗੱਲ ਨਹੀਂ ਬਣਦੀ ਹੈਗੀ। ਓਕੇ ਓਕੇ, ਜੀ ਇਹ ਗੱਲ ਹੈ ਕਿ ਜਿਹੜਾ ਬਜਟ ਹੁੰਦਾ ਹੈ ਉਹ ਪੋਲੀਟੀਕਲ ਡਾਕੂਮੈਂਟ, ਇਕਨੋਮਿਕ ਦੇ ਨਾਲ ਨਾਲ ਪੋਲੀਟੀਕਲ ਡਾਕੂਮੈਂਟ ਵੀ ਹੁੰਦਾ ਹੈ, ਔਰ ਇਹ ਬਜਟ ਵੀ ਹੈ, ਦੋਨਾਂ ਦਾ ਕੰਬੀਨੇਸ਼ਨ ਹੈ। ਜੀ ਜੀ ਬਿਲਕੁਲ, ਗੱਲ ਇਹ ਹੈ ਕਿ ਪਿਛਲੇ 2 ਸਾਲਾਂ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਇਹਦੇ ਖਿਲਾਫ਼ ਜੰਮ ਕੇ ਇਹ ਪ੍ਰਚਾਰ ਹੋਇਆ ਕਿ ਇਹ ਕਿਸਾਨ ਵਿਰੋਧੀ ਹੈ, ਕਿਸਾਨਾਂ ਦੀ ਕੋਈ ਪਰਵਾਹ ਨਹੀਂ ਕਰਦੀ। ਠੀਕ, ਇਹਨਾਂ ਨੇ ਇਸ ਬਜਟ ਦੇ ਜ਼ਰੀਏ ਕੋਰਸ ਕੁਰੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੀ ਜੀ, ਇਹ ਦੱਸਣ ਲਈ ਕਿ ਅਸੀਂ ਤਾਂ ਹੁਣ ਬਿਲਕੁਲ ਕਿਸਾਨਾਂ 'ਤੇ ਡੁੱਲ ਗਏ ਹਾਂ ਔਰ ਪੇਂਡੂਆਂ ਦੇ ਵਿੱਚ ਜਾ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਇਹ ਇਹਨਾਂ ਦਾ ਮੇਨ ਪਰਪਜ਼ ਹੈਗਾ ਜੀ। ਓਕੇ ਓਕੇ, ਜੋਸ਼ੀ ਜੀ ਬਿਲਕੁਲ, ਇੱਕ ਲਾਸਟ ਕਮੈਂਟ ਜਿਹੜਾ ਹੈਗਾ ਇੱਕ ਲਾਈਨ ਦਾ, ਉਹ ਇਹ ਹੈ ਕਿ ਵੀ ਅਕਸਰ ਇਹ ਕਿਹਾ ਜਾਂਦਾ ਕਿ ਜਿਹੜੇ ਪ੍ਰਧਾਨ ਮੰਤਰੀ ਆ ਮੋਦੀ ਉਹ ਸੁਪਨੇ ਦਿਖਾਉਂਦੇ ਆ, ਕਈਆਂ ਨੇ ਇਹ ਵੀ ਕਿਹਾ ਵੀ ਇਹ ਵੀ ਇੱਕ ਸੁਪਨਾ ਜਾਂ ਹਕੀਕਤ 'ਚ ਬਦਲੇਗਾ। ਸਿਰਫ 2 ਲਾਈਨਾਂ ਦਾ ਕਮੈਂਟ ਇਹਦੇ 'ਤੇ, ਜ਼ਿਆਦਾ ਨਹੀਂ। ਸੁਪਨਿਆਂ ਨੂੰ ਸਾਕਾਰ ਕਰਨ ਦਾ ਦਮ ਮੋਦੀ ਜੀ ਔਰ ਮੋਦੀ ਜੀ ਸਰਕਾਰ ਰੱਖਦੀ ਹੈ, ਔਰ 5 ਸਾਲ 'ਚ ਕਿਸਾਨਾਂ ਦੀ ਇਨਕਮ ਡਬਲ ਕਰਕੇ ਦਿਖਾਵਾਂਗੇ। ਓਕੇ ਓਕੇ, ਥੈਂਕ ਯੂ ਵੈਰੀ ਮਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਦੇਸ਼ ਦੇ ਵਿੱਤ ਮੰਤਰੀ ਨੇ ਜਿਹੜਾ ਬਜਟ ਪੇਸ਼ ਕੀਤਾ
कि सुपने सृजन का हर एक अधिकार है, पर अल्टीमेटली जो फैसले है जो नबेड़ा है वो अमलों के नाल होना है। जो असं उम्मीद करते हैं कि अरुण जेतली जी ने जो सुपने दिखाए है वो अमलों पर भी खरे उतरेंगे। इन्हां मुद्दों पर चर्चा चाहने के लिए मैं विनीत जोशी जी, डॉक्टर ज्ञान सिंह तो इस तरह इस प्रेशर तिना मेहमानों का धन्यवादी हैं। और बजट नाल इस बहस के संबंधी तुसी कोई भी अपनी राय जां सुझाव देना होवे साडे इस प्रोग्राम का पता जगतार सिद्धू @globalpunjabtv.com।